ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਯੂ। ਅੱਜ ਅਸੀਂ ਪੀਜ਼ਾ ਤਿਆਰ ਕਰਾਂਗੇ ਘਰ ਵਿੱਚ ਬਿਨਾਂ ਓਵਨ 'ਚ, ਓਵਨ ਤੋਂ ਬਗੈਰ ਕਰਾਂਗੇ। ਇਹ ਪੀਜ਼ਾ ਮਿੰਟਾਂ ਦੇ ਵਿੱਚ ਤਿਆਰ ਹੋ ਜੂਗਾ ਅਤੇ ਬੜਾ ਹੀ ਟੇਸਟੀ ਹੋਊਗਾ। ਜੰਮੀ ਪੀਜ਼ਾ ਬਾਜ਼ਾਰ ਨਾਲੋਂ ਸਸਤਾ। ਜੇਕਰ ਤੁਸੀਂ ਵੀ ਇਹ ਪੀਜ਼ਾ ਘਰ ਤਿਆਰ ਕਰਨਾ ਹੈ ਤਾਂ ਸਾਡੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੀਕਰ ਜ਼ਰੂਰ ਦੇਖਣਾ। ਇੱਕ ਕੱਪ ਅਸੀਂ ਮੈਦੇ ਦਾ ਪਾਵਾਂਗੇ, ਅੱਧਾ ਚਮਚਾ ਅਸੀਂ ਬੇਕਿੰਗ ਪਾਊਡਰ ਪਾਵਾਂਗੇ, ਥੋੜ੍ਹਾ ਜਿਹਾ ਅਸੀਂ ਬੇਕਿੰਗ ਸੋਡਾ ਪਾਵਾਂਗੇ, ਅੱਧਾ ਚਮਚਾ ਅਸੀਂ ਲੂਣ ਦਾ ਪਾਵਾਂਗੇ, ਇੱਕ ਚਮਚਾ ਖੰਡ ਦਾ ਪਾਵਾਂਗੇ, ਦੋ ਚਮਚੇ ਅਸੀਂ ਦਹੀਂ ਦੇ ਪਾਵਾਂਗੇ। ਹੁਣ ਅਸੀਂ ਇਹਨੂੰ ਮਿਕਸ ਕਰ ਦੇਵਾਂਗੇ ਇਸ ਤਰ੍ਹਾਂ। ਥੋੜ੍ਹਾ ਥੋੜ੍ਹਾ ਪਾਣੀ ਪਾ ਦਾਂਗੇ, ਜ਼ਿਆਦਾ ਪਾਣੀ ਨਹੀਂ ਪਾਉਣਾ ਇਹਦੇ ਵਿੱਚ, ਬਸ ਪਾਣੀ ਦੇ ਸਿੱਟੀ ਮਾਰਨੇ ਆ ਤਾਂ ਕਿ ਜ਼ਿਆਦਾ ਪਤਲਾ ਨਾ ਹੋ ਜਾਵੇ। ਜਿਸ ਤਰ੍ਹਾਂ ਆਪਾਂ ਆਟਾ ਗੁੰਨਦੇ ਉਸ ਤਰ੍ਹਾਂ ਹੀ ਆਪਾਂ ਇਹ ਬਣਾਉਣਾ ਵਾ। ਸਮਾਰ ਕੇ ਇਹਨੂੰ ਗੁੰਨ ਲੈਣਾ ਜਿਵੇਂ ਆਪਾਂ ਆਟੇ ਨੂੰ ਗੁੰਨਦੇ ਹਾਂ, ਚੰਗੀ ਤਰ੍ਹਾਂ ਮਸਲ ਲੈਣਾ ਇਹਨੂੰ ਮੈਦੇ ਨੂੰ। ਹੁਣ ਆਪਾਂ ਥੋੜ੍ਹਾ ਜਿਹਾ ਘਿਓ ਲਾ ਦਾਂਗੇ, ਇਸ ਤਰ੍ਹਾਂ ਆਪਾਂ ਬਣਾਉਣਾ ਵਾ ਮਸਲ ਮਸਲ ਕੇ। ਦਸ ਮਿੰਟ ਲਈ ਇਹਨੂੰ ਢੱਕ ਕੇ ਰੱਖਾਂਗੇ ਆਪਾਂ। ਹੁਣ ਆਪਾਂ ਕੜਾਹੀ ਗਰਮ ਕਰ ਲਾਂਗੇ, ਇਹਦੇ ਵਿੱਚ ਲੂਣ ਪਾਇਆ ਹੋਇਆ, ਇਹਨੂੰ ਢੱਕ ਕੇ ਰੱਖ ਦਾਂਗੇ ਕੜਾਹੀ ਨੂੰ 10 ਮਿੰਟ ਲਈ, ਜਦ ਤੱਕਰ ਆਪਣੀ ਕੜਾਹੀ ਨਹੀਂ ਗਰਮ ਹੋ ਜਾਂਦੀ। 10 ਮਿੰਟ ਹੋ ਚੁੱਕੇ ਨੇ, ਦੇਖ ਲਓ ਆਪਣਾ ਮੈਦਾ ਕਿੰਨਾ ਵਧੀਆ ਆਟਾ ਗੁੱਝਿਆ ਹੋਇਆ ਵਾ, ਬਣ ਚੁੱਕਾ ਹੈ, ਦੇਖ ਲਓ ਕਿੰਨਾ ਮੁਲਾਇਮ ਆ, ਬਹੁਤ ਵਧੀਆ। ਜਿਵੇਂ ਆਪਾਂ ਰੋਟੀ ਵੇਲਦੇ ਹੁੰਦੇ ਹਾਂ ਆਪਾਂ ਉੱਦਾਂ ਹੀ ਇਹਨੂੰ ਵੇਲਾਂਗੇ। ਜ਼ਿਆਦਾ ਪਤਲਾ ਨਹੀਂ ਕਰਨਾ, ਥੋੜ੍ਹਾ ਜਿਹਾ ਮੋਟਾ ਰੱਖਾਂਗੇ, ਇਸ ਤਰ੍ਹਾਂ ਆਪਾਂ ਵੇਲ ਲਵਾਂਗੇ। ਸਾਡੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਸ਼ੇਅਰ ਕਰ ਦਿਓ ਜੀ। ਹੁਣ ਸਾਡੀ ਰੋਟੀ ਬਿਲਕੁਲ ਤਿਆਰ ਹੋ ਚੁੱਕੀ ਹੈ, ਇਸ ਤਰ੍ਹਾਂ ਗੋਲ ਗੋਲ ਕਰ ਲੈਣਾ ਵਾ, ਜ਼ਿਆਦਾ ਮੋਟੀ ਨਹੀਂ ਰੱਖਣਾ ਅਤੇ ਜ਼ਿਆਦਾ ਪਤਲੀ ਨਹੀਂ ਰੱਖਣਾ, ਜੇ ਜ਼ਿਆਦਾ ਪਤਲੀ ਰੱਖਾਂਗੇ ਤਾਂ ਸੁੱਕ ਜਾਊਗੀ। ਆਮ ਰੋਟੀ ਨਾਲੋਂ ਤੁਸੀਂ ਇਹ ਰੋਟੀ ਮੋਟੀ ਰੱਖਣੀ ਆ ਥੋੜ੍ਹੀ ਜੀ। ਇਸ ਤਰ੍ਹਾਂ ਆਪਾਂ ਸ਼ੇਕ ਕਰ ਲਵਾਂਗੇ ਤਾਂ ਕਿ ਇਹ ਰੋਟੀ ਫੁੱਲੇ ਨਾ। ਹੁਣ ਆਪਾਂ ਪੀਜ਼ਾ ਸੌਸ ਪਾ ਲਈ ਉੱਪਰ, ਇਸ ਤਰ੍ਹਾਂ ਇਹਨੂੰ ਫੈਲਾ ਲਵਾਂਗੇ ਸਾਰੇ ਪੀਜ਼ੇ 'ਤੇ। ਚੰਗੀ ਤਰ੍ਹਾਂ ਫੈਲਾ ਲਵਾਂਗੇ ਇਹਨੂੰ ਪੀਜ਼ੇ ਵਾਲੀ ਸੌਸ ਨੂੰ। ਹੁਣ ਆਪਾਂ ਚੀਜ਼ ਪਾਵਾਂਗੇ, ਇਸ ਤਰ੍ਹਾਂ ਆਪਾਂ ਸਜਾ ਲਵਾਂਗੇ, ਟਮਾਟਰ ਪਾ ਕੇ, ਸ਼ਿਮਲਾ ਮਿਰਚਾਂ ਪਾ ਕੇ, ਪਿਆਜ਼ ਪਾ ਕੇ, ਇਸ ਤਰ੍ਹਾਂ ਆਪਾਂ ਰੱਖ ਲਵਾਂਗੇ। ਤੁਹਾਨੂੰ ਜਿਹੜੀ ਵੀ ਸਬਜ਼ੀ ਪਸੰਦ ਹੈਗੀ ਤੁਸੀਂ ਜੋ ਰੱਖ ਸਕਦੇ ਹੋ। ਚੀਜ਼ ਆਪਾਂ ਥੋੜ੍ਹੀ ਜਿਹੀ ਹੋਰ ਉੱਤੇ ਪਾ ਦੇਵਾਂਗੇ ਤਾਂ ਕਿ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਆਪਣੀ ਚੀਜ਼। ਪੀਜ਼ਾ ਆਪਣਾ ਬਹੁਤ ਹੀ ਵਧੀਆ ਲੱਗੂਗਾ ਚੀਜ਼ ਨਾਲ, ਟੇਸਟੀ ਵੀ ਲੱਗੂਗਾ। ਇਸ ਤਰ੍ਹਾਂ ਤੁਸੀਂ ਵੀ ਘਰ ਵਿੱਚ ਪੀਜ਼ਾ ਤਿਆਰ ਕਰ ਸਕਦੇ ਹੋ, ਬਹੁਤ ਹੀ ਵਧੀਆ ਬਣੂਗਾ, ਬਹੁਤ ਹੀ ਟੇਸਟੀ ਬਣੂਗਾ, ਬੱਚਿਆਂ ਨੂੰ ਵੀ ਪਸੰਦ ਆਊਗਾ।
ਹੁਣ ਆਪਣੀ ਕੜਾਹੀ ਗਰਮ ਹੋ ਚੁੱਕੀ ਹੈ। ਹੁਣ ਆਪਾਂ ਇਸ ਤਰ੍ਹਾਂ ਰੱਖ ਦੇਵਾਂਗੇ ਢੱਕ ਕੇ 10 ਮਿੰਟ ਲਈ। ਪੀਜ਼ਾ ਆਪਣਾ ਬਣ ਚੁੱਕਾ ਹੈ, 10 ਮਿੰਟ ਹੋ ਚੁੱਕੇ ਨੇ, ਪੀਜ਼ਾ ਆਪਣਾ ਬਣ ਚੁੱਕਾ ਹੈ। ਦੇਖ ਲਓ ਕਿੰਨਾ ਵਧੀਆ ਪੀਜ਼ਾ ਬਣਿਆ, ਆਪਣੀ ਚੀਜ਼ ਵੀ ਸਾਰੀ ਮੈਲਟ ਹੋ ਚੁੱਕੀ ਹੈ। ਹੁਣ ਆਪਾਂ ਇਸ ਤਰ੍ਹਾਂ ਕੱਟ ਦੇਵਾਂਗੇ। ਦੇਖ ਲਓ ਕਿੰਨਾ ਵਧੀਆ ਪੀਜ਼ਾ ਬਣ ਚੁੱਕਾ ਹੈ। ਦੇਖਣ ਨੂੰ ਕਿੰਨਾ ਵਧੀਆ ਲੱਗਦਾ, ਖਾਣ 'ਚ ਤਾਂ ਬਹੁਤ ਹੀ ਵਧੀਆ ਟੇਸਟ ਹੈ ਇਹਦਾ। ਤੁਸੀਂ ਵੀ ਇਸ ਤਰ੍ਹਾਂ ਪੀਜ਼ਾ ਘਰ ਵਿੱਚ ਤਿਆਰ ਕਰ ਸਕਦੇ ਹੋ। ਧੰਨਵਾਦ ਜੀ। ਸਬਸਕ੍ਰਾਈਬ ਕਰ ਦਿਓ ਜੀ।